ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੇਨਿਕ ਸੂਰਾ ਟਾਈਮਸ ਪੰਜਾਬ ਖਾਸ ਕਰਕੇ ਅੰਮ੍ਰਿਤਸਰ ਵਿੱਚ ਪੈਕਡ ਦੂਸ਼ਿਤ ਪਾਣੀ ਜਿਹੜਾ ਉਹ ਵਿਕਰਿਆ ਲਗਾਤਾਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ ਔਰ ਜਿਸ ਦੇ ਤਹਿਤ ਅੱਜ ਸੰਜੀਪ ਪਾਸਕਰ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੀਆਈਐਲ ਯਾਨੀ ਕਿ ਪਬਲਿਕ ਇੰਟਰਸਟ ਲਿਟੀਗੇਸ਼ਨ ਦਾਇਰ ਕੀਤੀ ਗਈ ਸੀ ਜਿਸ ਦੇ ਤਹਿਤ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿੰਨੇ ਵੀ ਗੈਰ ਕਾਨੂੰਨੀ ਫੈਕਟਰੀਆਂ ਚਾਲੀਆਂ ਜਿਹੜੇ ਕਿ ਨੋਰਮਸ ਦੀਆਂ ਤੱਜੀਆਂ ਉਡਾਰੀਆਂ ਫੈਕਟਰੀਆਂ ਨੇ ਉਹਨਾਂ ਖਿਲਾਫ ਕਾਰਵਾਈ ਦੀ ਜਿਹੜੀ ਉਹ ਲਿਖਤੀ ਆਦੇਸ਼ ਦਿੱਤੇ ਨੇ ਗੱਲਬਾਤ ਕਰਾਂਗੇ ਸੰਜੀਪ ਪਾਸਕਰ ਸਾਡਾ ਨਾਲ ਮੌਜੂਦ ਨੇ ਪਾਸਕਰ ਜੀ ਕੀ ਕਰਨਾ ਚਾਹੁੰਦੇ ਹੋ ਜਿਹੜੀਆਂ ਅੰਮ੍ਰਿਤਸਰ ਵਿੱਚ ਫੈਕਟਰੀ ਚੱਲੀਆਂ ਨੋਨ ਬ੍ਰਾਂਡਡ ਪਾਣੀ ਜਿਹੜੀਆਂ ਵੇਚਦੀਆਂ ਨੇ ਉਹਦੇ ਬਾਰੇ ਕੀ ਕਰਨਾ ਚਾਹੋਗੇ ਦੇ ਮੈਂ ਕਾਫੀ ਲੰਬੇ ਸਮੇਂ ਤੋਂ ਇੱਕ ਸਮਾਜ ਸੇਵਾ ਦਾ ਤੌਰ ਤੇ ਪੂਰੇ ਪੰਜਾਬ ਦੇ ਵਿੱਚ ਖਾਸ ਕਰਕੇ ਅੰਮ੍ਰਿਤਸਰ ਦੇ ਵਿੱਚ ਇਹ ਜਿਹੜੀਆਂ ਨੋਨ ਬ੍ਰਾਂਡਡ ਫੈਕਟਰੀਆਂ ਪਾਣੀ ਦੀਆਂ ਜਿਹੜੀਆਂ ਚੱਲ ਰਹੀਆਂ ਪੈਕੇਟ ਡਰਿੰਕਿੰਗ ਵਾਟਰ ਨੂੰ ਲੈ ਕੇ ਤੇ ਲਗਾਤਾਰ ਪ੍ਰਾਲੇ ਕਰਦਾ ਰਿਹਾ ਲੇਕਿਨ ਹੁਣ ਇਹ ਗੱਲ ਸਿਰ ਤੋਂ ਨਹੀਂ ਪਾੜ ਚਲੇਗੀ ਹੀ ਕਿ ਇਹ ਡਿਪਾਰਟਮੈਂਟ ਜਿਹੜਾ ਹੈਲਥ ਡਿਪਾਰਟਮੈਂਟ ਇਹਦੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਨੇ ਫਿਰ ਮੈਂ ਪਿਛਲੇ ਦਿਨੋਂ ਆਪਣਾ ਹਾਈ ਕੋਰਟ ਤੇ ਪਟੀਸ਼ਨ ਦਾਇਰ ਕੀਤੀ ਔਰ ਹਾਈ ਮਾਨਯੋਗ ਸਾਡੇ ਹਾਈ ਕੋਰਟ ਸਾਹਿਬ ਨੇ ਇਹਦੇ ਉੱਪਰ ਇੱਕ ਆਦੇਸ਼ ਜਾਰੀ ਕੀਤਾ ਹੈ ਕਿ ਜਿੰਨੀਆਂ ਵੀ ਬਿਨਾ ਲਾਇਸੈਂਸ ਤੋਂ ਜਿਹੜੀਆਂ ਗੈਰਕਾਨੂੰਨੀ ਫੈਕਟਰੀਆਂ ਜਿਸ ਤਰ੍ਹਾਂ ਜਿਹੜੀਆਂ BIC BIS ਸਰਟੀਫਾਈਡ ਜਿਹੜੀਆਂ ਹੁੰਦੀਆਂ ਆਈਐਸਆਈ ਮਾਰਕੇ ਵਾਲੀਆਂ ਜਿਹੜੀਆਂ ਵੀ ਫੈਕਟਰੀਆਂ ਜਿਹੜਾ ਉਹਨਾਂ ਤੋਂ ਬਗੈਰ ਹੈ ਜਿਨ੍ਹਾਂ ਨੂੰ ਐਫਐਸਐ ਜ ਦਾ ਲਾਇਸੈਂਸ ਨਹੀਂ ਹੈਗਾ ਉਹ ਫੈਕਟ ਜਿਹੜੀਆਂ ਫੈਕਟਰੀਆਂ ਉਹਨਾਂ ਨੂੰ ਬਗੈਰ ਤਾਂ ਸੀਲ ਕੀਤਾ ਜਾਵੇ ਉਹਨਾਂ ਦੇ ਨਮਾਇंदे ਜਿਹੜੇ ਪੰਜਾਬ ਸਰਕਾਰ ਦੇ ਸਾਡੇ ਸ਼੍ਰੀ ਮਨੋਜ ਖੋਸਲਾ ਜੀ ਜੁਆਇਨ ਕਮਿਸ਼ਨਰ ਪੰਜਾਬ ਉਹਨਾਂ ਨੇ ਇੱਕ ਉਹਦੇ ਚ ਬਿਆਨ ਵੀ ਜਾਰੀ ਕੀਤਾ ਸੀ ਕਿ ਜਿਹੜੇ ਪਟੀਸ਼ਨਰ ਸਾਡੇ ਸੰਜੀਵ ਭਾਸਕਰ ਜੀ ਨੇ ਅਗਰ ਉਸ ਫੈਕਟਰੀ ਨੂੰ ਸੀਲ ਕਰਨ ਦੇ ਵਿੱਚ ਅਗਰ ਇਹ ਇਨਵੋਲਵਮੈਂਟ ਕਰਨਾ ਚਾਹੁੰਦੇ ਤਾਂ ਸਾਨੂੰ ਕੋਈ ਇਤਰਾਜ ਨਹੀਂ ਲੇਕਿਨ ਸਾਡੇ ਜਿਹੜੇ ਅੰਮ੍ਰਿਤਸਰ ਦੇ ਮੈ ਡੀਐਚਓ ਸਾਹਿਬ ਨੂੰ ਵੀ ਮ ਇਹਨਾਂ ਨੇ ਇੱਕ ਹਫ਼ਤਾ ਦਾ ਟਾਈਮ ਮੰਗਿਆ ਸੀ ਕਿ ਬਾਸਕਟ ਜੀ ਅਸੀਂ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਾਰਵਾਈ ਕੀਤੀ ਜਾਏਗੀ ਲੇਕਿਨ ਇੱਕ ਹਫ਼ਤੇ ਦੇ ਵਿੱਚ ਵਿੱਚ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਇਹਦੇ ਉੱਪਰ ਕੋਈ ਫੈਕਟਰੀ ਸੀਲ ਨਹੀਂ ਹੋਈ ਤੇ ਉਸ ਚੀਜ਼ ਨੂੰ ਲੈ ਕੇ ਮੈਂ ਇਹਨਾਂ ਨੂੰ ਫੇਰ ਹੀ ਕਹਉਂਦੇ ਬਾਦ ਦੁਆਰਾ ਮਿਲਿਆ ਇਹ ਕਹਿੰਦੇ ਕਿ ਸਾਡੇ ਕੋਲ ਕੋਈ ਅਸਲੀ ਨੋਟੀਫਿਕੇਸ਼ਨ ਨਹੀਂ ਹੈ ਸਾਡੇ ਕੋਲ ਹਾਈ ਕੋਰਟ ਦਾ ਕੋਈ ਅਸਲੀ ਨੋਟੀਫਿਕੇਸ਼ਨ ਨਹੀਂ ਹੈ ਕਿ ਤੁਹਾਨੂੰ ਅਸੀਂ ਇਨਵੋਲਗੇ ਤੇ ਮੈਂ ਕਹਿੰਦਾ ਚਲੋ ਨਹੀਂ ਮਾਨੂੰ ਇਨਵੋਲ ਕਰਨ ਨਾਲ ਕੋਈ ਗੱਲ ਨਹੀਂ ਲੇਕਿਨ ਕਮ ਸੇ ਕਮ ਜਿਹੜੀ ਆਪਾਂ ਜਨਤਾ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਾਂ ਖਾਣ ਪੀਣ ਦੀਆਂ ਚੀਜ਼ਾਂ ਨੂੰ ਲਵਾ ਅਸੀਂ ਪਾਣੀ ਜਿਹੜਾ ਦੂਸ਼ੀ ਪਾਣੀ ਪੈਕੇਜ ਕਰਕੇ ਲੋਕਾਂ ਦੇ ਘਰਾਂ ਦੇ ਵਿੱਚ ਮਸ਼ੀਨਾਂ ਲਾ ਕੇ ਬਿਨਾਂ ਲਾਇਸੈਂਸ ਤੋਂ ਜਿਹੜੀ ਵਿਕਰੀਆਂ ਆਪਾਂ ਇਹਨਾਂ ਲੋਕਾਂ ਦੇ ਉੱਪਰ ਕਾਰਵਾਈ ਕਿਉਂ ਨਹੀਂ ਕੀਤੀ ਆਪਾਂ ਕਹਿੰਦੇ ਜੀ 15 ਤੋਂ 20 ਫੈਕਟਰੀਆਂ ਦੀ ਲਿਸਟ ਬਗੈਧਾ ਇਹਨਾਂ ਨੂੰ ਪਿਛਲੇ 5 ਸਾਲ ਤੋਂ ਕੀ ਇਲਾਵਾ ਲੇਟਸਟ ਲਿਸਟ ਮੈਂ ਦੇ ਕੇ ਆਇਆ ਇਹਨਾਂ ਨੂੰ ਉਹ ਵੀ ਫੈਕਟਰੀਆਂ ਤੋਂ ਕੋਈ ਕਾਰਵਾਈ ਜਾਂ ਪਿੰਡਾਂ ਦੇ ਵਿੱਚ ਚੱਲ ਰਹੀ ਹੈ ਬਾਬਾ ਬਕਾਲਾ ਜੰਡਿਆਲਾ ਚੁਗਾਵਾਂ ਬੜੀਆਂ ਫੈਕਟਰੀ ਲਿਸਟ ਦਿੱਤੀ ਹੈ ਲੇਕਿਨ ਕਿਸੇ ਵੀ ਉੱਪਰ ਕੋਈ ਕਾਨੂੰਨੀ ਕਾਰਵਾਈ ਕਰਕੇ ਇਹ ਫੈਕਟਰੀਆਂ ਸੀਲ ਨਹੀਂ ਕੀਤੀਆਂ ਮਸ਼ੀਨਾਂ ਸੀਲ ਨਹੀਂ ਕੀਤੀਆਂ ਗਿਆ ਇੱਥੋਂ ਤੱਕ ਕਿ ਐਸ ਡਿਪਾਰਟਮੈਂਟ ਨੇ ਕਿਹਾ ਕਿ ਬਾਬਾ ਬਕਾਲਾ ਇੱਕ ਕਿੰਗਸ ਫੇਰ ਨਾਂ ਦੀ ਫੈਕਟਰੀ ਮੈਂ ਦੱਸਿਆ ਇਹਨਾਂ ਨੂੰ ਉਸ ਫੈਕਟਰੀ ਦੇ ਵਿੱਚ ਜਿਹੜਾ ਕਿ ਸੈਂਟਰਲ ਗਵਰਨਮੈਂਟ ਤੋਂ ਮਿਨਰਲ ਵਾਟਰ ਦਾ ਲਾਇਸੈਂਸ ਇਸ਼ੂ ਹ ਉਸ ਦੇ ਪਿਛਾਵੇ ਇਸ ਡਿਪਾਰਟਮੈਂਟ ਲੋਕਲ ਡਿਪਾਰਟਮੈਂਟ ਨੂੰ ਮੀਨਰ ਵਾਟਰ ਦਾ ਲਾਇਸੈਂਸ ਜਿਊ ਕਰਦੇ ਜਿਹੜੋ ਕਹਿੰਦਾ ਕੋਈ ਅਧਿਕਾਰ ਹੀ ਨਹੀਂ ਹੈਗੇ ਇਹਨਾਂ ਦੇ ਕੋਈ ਅਧਿਕਾਰ ਹੀ ਨਹੀਂ ਹੈਗੇ ਕਿ ਇਹ ਲਾਇਸੈਂਸ ਇਸ਼ੂ ਕਰਾਂ ਦੇ ਇਹਨਾਂ ਨੇ ਉਹ ਵੀ ਇਸ ਤਰ੍ਹਾਂ ਲਾਇਸੈਂਸ ਜਿਊ ਕੀਤਾ ਮੈਂ ਪੰਜਾਬ ਸਰਕਾਰ ਕੋਲ ਅਪੀਲ ਕਰਨਾ ਚਾਹੁੰਦਾ ਇਸ ਚੀਜ਼ ਦੇ ਉੱਪਰ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪੂਰੀ ਹਾਈ ਕੋਰਟ ਨੇ ਇਹ ਆਰਡਰ ਜਾਰੀ ਕੀਤੇ ਨੇ ਵੱਡੇ ਵੱਡੇ ਸ਼ਹਿਰ ਜਲੰਧਰ ਲੁਧਿਆਣਾ ਵਿੱਚ ਇਹ ਫੈਕਟਰੀਆਂ ਸੀਲ ਨੇ ਇੱਕ ਪਰਸੈਂਟ ਫੈਕਟਰੀ ਨਹੀਂ ਗਈ ਤੇ ਅੰਮ੍ਰਿਤਸਰ ਦਾ ਜਾਂ ਗੁਰਦਾਸਪੁਰ ਦੇ ਡੀ ਐਚਓ ਕਿਹੜੇ ਨੇ ਇੰਦਾ ਮਤਲਬ ਹੈ ਕਿ ਇਹਨਾਂ ਕੋਲੋਂ ਆਪਣੀ ਤਨਖਾਹ 'ਚ ਗੁਜ਼ਾਰਾ ਨਹੀਂ ਹੋ ਰਿਹਾ ਜਾਂ ਸਰਕਾਰ ਇਹਨਾਂ ਨੂੰ ਤਨਖਾਹਾਂ ਜਿਹੜੀਆਂ ਬਹੁਤ ਘੱਟ ਦੇ ਰਹੀਆਂ ਹਾਈ ਕੋਰਟ ਦੀ ਜਿਹੜੀ ਆਰਡਰ ਦੀ ਕਾਪੀ ਦਿਖਾ ਸਕਦੇ ਹੋ ਬਿਲਕੁਲ ਸਰ ਮੈਂ ਦਿਖਾ ਸਕਦਾ ਹਾਂ ਸਰ ਇਹ ਹਾਈ ਕੋਰਟ ਦੀ ਆਰਡਰ ਦੀ ਕਾਪੀ ਹੈ ਜੀ ਇਹਦੇ ਵਿੱਚ ਸਾਡੇ ਗੁਲਾਟ ਮਿਸਟਰ ਸਾਡੇ ਆਦਰਨੀਆ ਗੁਲਾਟੀ ਸਾਹਿਬ ਜੀ ਨੇ ਜਿਨ੍ਹਾਂ ਨੇ ਇਹ ਹਾਈ ਕੋਰਟ ਦੀ ਪਰ ਇਹਦੇ ਵਿੱਚ ਮਿਸਟਰ ਮਨੋਜ ਖੋਸਲਾ ਜੀ ਸਾਡੇ ਜੁਆਇੰਟ ਕਮਿਸ਼ਨਰ ਆਫ ਫੂਡ ਪੰਜਾਬ ਜੀ ਨੇ ਜਿਨ੍ਹਾਂ ਨੇ ਬਗੈਧਾ ਹਾਈ ਕੋਰਟ ਦੇ ਵਿੱਚ ਆਪਣਾ ਨੁਮਾਇੰਦੇ ਦੇ ਤੌਰ ਤੇ ਪੇਸ਼ ਹੋ ਕੇ ਹਾਈ ਕੋਰਟ ਨੂੰ ਇੱਕ ਇਨਸਟਰਕਸ਼ਨ ਦਿੱਤੀ ਹੈ ਕਿ ਠੀਕ ਹੈ ਜੀ ਮੈਂ ਇਨਵੈਸਟੀਗੇਸ਼ਨ ਕਰਨਾ ਚਾਹੁੰਦਾ ਇਹਨਾਂ ਫੈਕਟਰੀਆਂ ਦੇ ਉੱਪਰ ਜਿੰਨੀਆਂ ਵੀ ਫੈਕਟਰੀਆਂ ਲਿਸਟ ਦਿੱਤੀ ਹੈ ਭਾਸਕਰ ਜੀ ਨੇ ਔਰ ਉਹਨਾਂ ਨੇ ਆਦੇਸ਼ ਜਾਰੀ ਕੀਤੇ ਆ ਕਿ ਕੱਤੀ ਇੱਕ 21 ਦੇ ਵਿੱਚ ਉਹਨਾਂ ਨੇ ਕਿਹਾ ਕਿ ਸੂ ਰਿਕੁਆਇਰਡ ਪਰਟੀਸ਼ਨਲ ਫੂਡ ਆਲਸੋ ਬੀ ਇਨਵੋਲਡ ਇਨ ਦੀ ਇਨਵੈਸਟੀਗੇਸ਼ਨ ਫਾਰ ਦੀ ਪਰਪਸ ਆਫ ਸੀਕਿੰਗ ਇਨਫੋਰਮੇਸ਼ਨ ਫਰੋਮ ਹਿਮ ਉਹਨਾਂ ਨੇ ਇਹ ਆਰਡਰ ਕੀਤਾ ਕਿ ਪਟੀਸ਼ਨਰ ਸੰਜੀਪ ਭਾਸਕਰ ਜੀ ਇਹਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਇਹਨਾਂ ਨੇ ਸਾਡੇ ਮੇਰੇ ਸਾਰਾ ਮੇਰੇ ਹਿਸਾਬ ਨਾਲ ਮਾਨਯੋਗ ਆਧਨ ਹਾਈ ਕੋਰਟ ਦੀਆਂ ਜਿਹੜੇ ਆਦੇਸ਼ ਸੀ ਉਹਨਾਂ ਦੀ ਵੀ ਦੱਜੀਆਂ ਉਡਾਤੀਆਂ ਐਸ ਡਿਪਾਰਟਮੈਂਟ ਡੀ ਐਚਓ ਸਾਹਿਬ ਨੇ ਅੱਛਾ ਕੋਈ ਲਿਸਟ ਦਿਖਾਓ ਜਿਹੜੀ ਤੁਸੀਂ ਦੱਸਰੇ ਸੀ ਅੰਬਰਸਰ ਵਿੱਚ ਕਿੰਨੀਆਂ ਫੈਕਟਰੀਆਂ ਹੋਊਗੀ ਤੁਸੀਂ ਮਾਤ ਦਿੱਤੀ ਇਹ ਲਿਸਟ ਹੈ ਜੀ ਬਗੈਰਾਂ ਜਿਹੜੀਆਂ ਅੰਬਰਸਰ ਸਾਹਿਬ ਦੇ ਵਿੱਚ ਜਿੰਨੀਆਂ ਵੀ ਫੈਕਟਰੀਆਂ ਗੈਰਕਾਨੂੰਨੀ ਚੱਲ ਰਹੀਆਂ ਜਿਸ ਤਰ੍ਹਾਂ ਮੂਨ ਲਾਈਟ ਅ ਇਹ ਜੀ ਲਿਸਟ ਜਿੱਥੇ ਜਿੱਥੇ ਮੈਂ ਬਲੈਕ ਲਾਇਨ ਹੈ ਵੈਸੇ ਤਾਂ ਪੂਰੇ ਪੰਜਾਬ ਦੀਆਂ ਨੇ ਲੇਕਿਨ ਅੰਮ੍ਰਿਤਸਰ ਦੇ ਵਿੱਚ ਜਿੱਥੇ ਜਿੱਥੇ ਮੈਂ ਬਲੈਕ ਲਾਇਨ ਹੈ 80 ਐਕਵਾ ਅ ਬਲਜੀਤ ਕਰਿਆਨਾ ਸਟੋਰ ਦਿੱਲੀ ਵਾਲੇ ਵਾਲੇ ਇਹ ਐਕਵਾ ਬਲੂ ਨਾਂ ਦੇ ਇਹ ਦੇਖੋ ਐਕਵਾ ਟਾਈਮਸ ਐਕਵਾ ਫਰੈਸ਼ ਇਹ ਕੁਝ 80 ਫੈਕਟਰੀਆਂ ਜਿਹੜੀ ਬਾਬਾ ਗਾਲਾ ਚੁਗਾਵਾ ਝੰਡਿਆਲਾ ਜਿੱਥੇ ਫੈਕਟਰੀ ਲੱਗੀਆਂ ਨੇ ਇਹ ਕਿੰਨੇ ਚਿਰ ਤੋਂ ਫੈਕਟਰੀਆਂ ਅੰਮ੍ਰਿਤਸਰ ਸੇ ਚੱਲ ਰਹੀਆਂ ਨੇ ਇਹ ਲਗਭਗ ਕਾਫ ਤੋਂਗਾ 4 ਤੋਂ 5 ਸਾਲ ਪਹਿਲਾਂ ਲਗਾਤਾਰ ਚੱਲ ਰਹੀਆਂ ਲੇਕਿਨ ਪ੍ਰਸ਼ਾਸਨ ਨੇ ਹਾਲੇ ਤੱਕ ਇਸ ਦੇ ਉੱਪਰ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਇਸੇ ਵਿਭਾਗ ਵੱਲੋਂ ਲਗਾਤਾਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਬਿਲਕੁਲ ਸਰ 100% ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਕਿਉਂ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਮੈਂ ਅੱਗੇ ਕਹਿਣਾ ਚਾਹੁੰਦਾ ਕਿ ਪੰਜਾਬ ਸਰਕਾਰ ਦੀਆਂ ਤਨਖਾਹਾਂ ਤੋਂ ਇਹਨਾਂ ਦਾ ਢੇਡ ਨਹੀਂ ਭਰ ਰਿਹਾ ਇਹਦਾ ਮਤਲਬ ਹੈ ਕਿ ਆਪਣੇ ਨਿੱਜੀ ਸਵਾਰਥ ਵਾਸਤੇ ਜੇ ਅੱਜ ਕੋਈ ਫੈਕਟਰੀ ਹੈ ਕਿ ਕਿ ਸੀਲ ਕਰ ਵੀ ਦਿੰਦੇ ਨੇ ਤੇ ਉਹ 10 ਜਾਂ 15 ਦਿਨਾਂ ਬਾਅਦ ਖੋਲ੍ਹ ਦਿੱਤੀ ਜਾਂਦੀ ਹੈ ਇੰਦਾ ਮਤਲਬ ਹੈ ਕਿ ਇਹ ਜਿੰਨੇ ਵੀ ਆਪਣੇ ਲਗਜ਼ਰੀ ਆਪਣੇ ਅਸ਼ੋਰਾਮ ਦੀਆਂ ਚੀਜ਼ਾਂ ਨੇ ਇਹਨਾਂ ਤੋਂ ਪ੍ਰੋਵਾਈਡ ਕਰ ਦਿੰਦੇ ਨੇ ਤੇ ਸਰਕਾਰਾਂ ਦੀਆਂ ਤਨਖਾਹਾਂ ਤੋਂ ਇਹਨਾਂ ਨੂੰ ਖੁਸ਼ੀ ਨਹੀਂ ਤੇ ਮੈਂ ਪੰਜਾਬ ਸਰਕਾਰ ਨੂੰ ਇਹ ਕਵੀਲ ਕਰਨਾ ਚਾਹੁੰਦਾ ਜੇ ਤੁਹਾਡੀਆਂ ਤਨਖਾਹਾਂ ਤੋਂ ਇਹ ਖੁਸ਼ ਨਹੀਂ ਹਨ ਤੇ ਇਹਨਾਂ ਲੋਕਾਂ ਨੂੰ ਜਾਂ ਤਨਖਾਹ ਵਧਾ ਦੇ ਜਨ ਜੇ ਇਹਨਾਂ ਦੇ ਅਹੁਦਿਆਂ ਤੋਂ ਬਰਖਾਸਤ ਕਰ ਦੇ ਜੇ ਕੋਈ ਕਾਬਲ ਅਸਲ ਆ ਜਾਵੇ ਤੇ ਕਾਬਲ ਟੀਮ ਇੱਥੇ ਪਾਇਆ ਕੇ ਦੀ ਜਿਹੜੀ ਕਿ ਆਮ ਜਨਤਾ ਦੀ ਸਿਹਤ ਦਾ ਖਲਵਾ ਹੋ ਰਿਹਾ ਇਹਨਾਂ ਫੈਕਟਰ ਨੂੰ ਸੀਲ ਕਰਕੇ ਲੋਕੀ ਵਧੀਆ ਇੱਕ ਪਾਸੇ ਅਸੀਂ ਕੋਰੋਨਾ ਦੀ ਮਾਲ ਜੇ ਰਹੇ ਹਾਂ ਤੇ ਦੂਜੇ ਪਾਸੇ ਆਪਾਂ ਸਿਹਤ ਨੂੰ ਲੈ ਕੇ ਤੇ ਸਾਡਾ ਸਾਡੇ ਲੋਕ ਆਮ ਜਾਂਦਾ ਲੋਕੀ ਜਿਹੜੀ ਆ ਆਪਣੇ ਸਿਹਤ ਦਾ ਖਲਵਾਰ ਹੋ ਰਿਆ ਉਹਨਾਂ ਨੂੰ ਅਸੀਂ ਚਾਹੁੰਦੇ ਆ ਕਿ ਇਹਨਾਂ ਲੋਕਾਂ ਉਪਰ ਨਕੇਲ ਪਾਈ ਜਾਵੇ ਇਹ ਫੈਕਟਰੀਆਂ ਟੋਟਲ ਸੀਲ ਕੀਤੀਆਂ ਜਾਣ ਤਾਂ ਕਿ ਲੋਕੀ ਵਧੀਆ ਪੈਕੇਟ ਡਰਿੰਕਿੰਗ ਵਾਟਰ ਪਾਣੀ ਪੀ ਸਕਣ ਜਿਸ ਤਰ੍ਹਾਂ ਵਹਿਮਾ ਸ਼ਾਦੀਆਂ ਦੇ ਵਿੱਚ ਆਪਾਂ ਜਾਣੇ ਆ ਲੋਕਾਂ ਨੂੰ ਪਤਾ ਹੀ ਨਹੀਂਗਾ ਆਪਾਂ ਮਿਲਾਵਟੀ ਖਾਣਾ ਖਾ ਰਹੇ ਆ ਆਪਾਂ ਪਾਣੀ ਗੰਦਾ ਪੀ ਰਹੇ ਆ ਲੋਕਾਂ ਨੂੰ ਪਤਾ ਨਹੀਂ ਸਿਰਫ ਪਾਣੀ ਪੀਣਾ ਇਸ ਚੀਜ਼ ਨੂੰ ਲੈ ਕੇ ਮੈਂ ਸਰਕਾਰ 'ਤੇ ਅਪੀਲ ਕਰਨਾ ਚਾਹੁੰਦਾ ਸਰਕਾਰ ਦੇ ਨਮਾਇਦਿਆਂ 'ਤੇ ਅਪੀਲ ਕਰਨਾ ਮੈਂ ਖਾ ਡੀਸੀ ਸਾਹਿਬ ਨੂੰ ਇਹਦੇ ਬਾਰੇ ਵਿੱਚ ਆਪਾਂ ਇਨਟੀਮੀਸ਼ਨ ਦਿੱਤੀ ਸੀ ਉਹਦੀ ਨੋਟਿਸ ਵੀ ਡੀਸੀ ਸਾਹਿਬ ਕੋਲ ਵੀ ਆਈ ਹੈ ਤੇ ਡੀਸੀ ਸਾਹਿਬ ਦਾ ਵੀ ਇੱਕੋ ਗੱਲ ਹੈ ਕਿ ਅਸੀਂ ਲੋਕ ਇਹਦੀ ਰਿਪੋਰਟ ਬਣਾ ਕੇ ਭੇਜ ਦਾਂਗੇ ਕੀ ਸਮਝਦੇ ਨਹੀਂ ਹਾਈ ਕੋਰਟ ਦੇ ਹੁਕਮਾਂ ਦੀ ਅਵੇਹਲਣਾ ਕਰ ਰਹੇ ਆ ਅਫਸਰ ਬਿਲਕੁਲ ਮੈਂ 100% ਕਹਿ ਰਿਹਾ ਕਿ ਇਹ ਹਾਈ ਕੋਰਟ ਮਾਨਯੋਗ ਸਾਡੇ ਹਾਈ ਕੋਰਟ ਦੇ ਹੁਕਮਾਂ ਦੀ ਅਵੇਹਲਣਾ ਹੋ ਰਹੀ ਹੈ ਅਗਰ ਅਗਰ ਇਹ ਸਰਕਾਰਾਂ ਨੇ ਐਸ ਡੀ ਐਚ ਨੂੰ ਬਰਖਾਸਤ ਨਾ ਕੀਤਾ ਗਿਆ ਔਰ ਚੰਗੀ ਕਾਬਲ ਅਫਸਰ ਲਿਆ ਕੇ ਇੱਥੇ ਬਾਕੀ ਫੈਕਟਰੀਆਂ ਸੀਲ ਨਾ ਕੀਤੇ ਗਿਆ ਤੇ ਸ਼ਿਵਸਨਾਬ ਬਾਲਾ ਸਾਹਿਬ ਠਾਕਰੇ ਵੱਲੋਂ ਮੈਂ ਇੱਕ ਸਮਾਜ ਸੇਵਕ ਹੁੰਦੇ ਨਾਤੇ ਯੂਵਾ ਸੈਨਾ ਦਾ ਪੰਜਾਬ ਦਾ ਅਧਿਖਸ਼ ਹੁੰਦੇ ਨਾਤੇ ਆਪਣੀ ਪੂਰੀ ਟੀਮ ਦੇ ਨਾਲ ਚਾਹੇ ਇਹ ਪ੍ਰਸ਼ਾਸਨ ਆਮ ਜਨਤਾ ਦੇ ਸਵਾਸਤ ਨੂੰ ਲੈ ਕੇ ਜੇ ਮੇਰੇ ਉੱਪਰ ਕੋਵਿਡ-19 ਦਾ ਪਰਚਾ ਵੀ ਕਟੜਨਾ ਚਾਹਵੇ ਤਾਂ ਮੈਂ ਲੈਣ ਨੂੰ ਤਿਆਰ ਹਾਂ ਮੈਂ ਸੜਕਾਂ ਦੇ ਉੱਤੇ ਕੇ ਸੰਘਰਸ਼ ਕਰਾਂਗਾ ਅਗਰ ਉਸ ਦੇ ਬਾਵਜੂਦ ਵੀ ਇਹ ਸਰਕਾਰਾਂ ਦੇ ਜੂ ਨਾ ਸਰਗੀ ਤੇ ਮਾਨਯੋਗ ਹਾਈ ਕੋਰਟ ਜੀ ਸਾਡੇ ਵਾਸਤੇ ਬੈਠੇ ਨੇ ਇਹਨਾਂ ਲੋਕਾਂ ਨਾਲ ਮੈਂ ਉੱਥੇ ਤਲਬ ਕਰਾਂਗਾ ਆ ਤਾਂ ਬਿਲਕੁਲ ਮਾਮਲਾ ਕਾਫੀ ਪੇਚੀਦਾ ਔਰ ਵੱਡਾ ਵੀ ਹੈ ਕਿਉਂਕਿ ਤੁਹਾਨੂੰ ਦੱਸ ਦਈਏ ਹਾਈ ਕੋਰਟ ਵਿੱਚ ਪਬਲਿਕ ਇੰਟਰਸਟ ਲਿਟੀਗੇਸ਼ਨ ਦਾਖਲ ਕੀਤੀ ਗਈ ਸੀ ਸੰਜੀਪ ਭਾਸਕਰ ਵੱਲੋਂ ਔਰ ਉਸਤੇ ਵੀ ਜਿਹੜੀ ਕਾਰਵਾਈ ਨਹੀਂ ਹੋ ਰਹੀ ਕੀ ਅਫਸਰਾਂ ਦੀ ਕੀ ਮਜਬੂਰੀ ਹੈ ਕਾਰਵਾਈ ਕਿਉਂ ਨਹੀਂ ਹੋ ਰਹੀ ਇਸ ਬਾਰੇ ਡੀ ਐਚਓ ਇੰਦਰ ਮੋਹਨ ਨਾਲ ਵੀ ਗੱਲਬਾਤ ਕਰਾਂਗੇ ਪੱਖ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਕਿਉਂ ਕਾਰਵਾਈ ਜਿਹੜੀ ਉਹ ਨਹੀਂ ਹੋ ਰਹੀ ਤਾ ਡੀ ਐਚਓ ਡਾਕਟਰ ਇੰਦਰ ਮੋਹਨ ਗੁਫਤਾ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਅੰਮ੍ਰਿਤਸਰ ਵਿੱਚ ਕਿੰਨੀਆਂ ਫੈਕਟਰੀਆਂ ਜਿਹੜੀਆਂ ਪਾਣੀ ਦੀਆਂ ਜਿਹੜੀਆਂ ਸੀਲਡ ਪਾਣੀ ਵਿਕ ਰਿਆ ਔਰ ਕਿੰਨੀਆਂ ਤੁਸੀਂ ਸੀਲ ਕੀਤੀਆਂ ਹਾਈ ਕੋਰਟ ਦੇ ਆਦੇਸ਼ ਤੇ ਦੇਖੋ ਜੀ ਹਾਈ ਕੋਰਟ ਨੇ ਸਾਨੂੰ ਹਾਈ ਕੋਰਟ ਨੇ ਸਾਡੇ ਸੀਨੀਅਰ ਅਧਿਕਾਰੀਆਂ ਦੇ ਜਿਹੜੀਆਂ ਇੱਕ ਸਾਨੂੰ ਮੈਸੇਜ ਮਿਲਿਆ ਸੀ ਕੋਈ ਉੱਥੇ 11 ਫੈਕਟਰੀਆਂ ਦੇ ਕਰੀਬ ਉਹਨਾਂ ਦੀ ਕੰਪਲੇਂਟ ਆਈ ਸੀਗੀ ਉਹਦੇ ਵਿੱਚ ਫੂਡ ਸੇਫਟੀ ਅਫਸਰ ਜਿਹੜੇ ਹਰ ਏਰੀਏ ਦੇ ਉਹਨਾਂ ਨੂੰ ਵੰਡੇ ਹੋਏ ਹੈ ਉਹਨਾਂ ਨੂੰ ਆਪਾਂ ਲਿਸ ਜਿਹੜੀ ਹੈ ਸ਼ੇਅਰ ਕਰ ਦਿੱਤੀ ਸੀ ਉਹਨਾਂ ਇਨਸਟਰਕਸ਼ਨ ਦੇ ਦਿੱਤੀਆਂ ਸੀਗੀਆਂ ਨਾਲ ਹੀ ਨਾਲ ਕਿ ਇਹ ਫੈਕਟਰੀਆਂ ਦੇ ਖਿਲਾਫ ਜੋ ਵੀ ਬੰਦੀ ਕਾਰਵਾਈ ਕਰੋ ਤੇ ਟਿਲ ਡੇਟ ਉਹਨਾਂ ਨੇ ਸਾਰੇ ਫੂਡ ਸੇਫਟੀ ਅਫਸਰ ਆਪਣੇ ਆਪਣੇ ਏਰੀਏ ਦੇ ਵਿੱਚ ਉਹਨਾਂ ਨੇ ਟੋਟਲ ਅਜੇ ਤੱਕ 5 ਕੁ ਜਿਹੜੀਆਂ ਪਾਣੀ ਦੀ ਪੈਕਡ ਪਾਣੀ ਦੀਆਂ ਫੈਕਟਰੀਆਂ ਜਿਨ੍ਹਾਂ ਕੋਲ VIES ਦਾ ਲੈਸੈਂਸ ਨਹੀਂ ਸੀ FSSAI ਫੋਰਸ ਸੇਵਡ ਇਸ ਸਟੈਂਡਰਡ ਲੈ ਕੇ ਦੇ ਮੁਤਾਬਕ ਵੀ ਨਹੀਂ ਸੀ ਚੱਲ ਰਹੀ ਉਹਨਾਂ ਨੂੰ ਸੀਲ ਕਰ ਦਿੱਤਾ ਗਿਆ ਬਾਕੀ ਜਿਹੜੀਆਂ 6 ਫੈਕਟਰੀਆਂ ਆ ਉਹ ਜਲਦੀ ਤੋਂ ਜਲਦੀ ਇਹਨਾਂ ਨੂੰ ਫਿਰ ਬਾਰ ਬਾਰ ਹੁਕਮ ਜਾਰੀ ਕਰਨ ਦੇ ਹੈ ਕਿ ਇਹਨਾਂ ਤੇ ਕਾਰਵਾਈ ਬੰਦੀ ਕਾਰਵਾਈ ਕਰਕੇ ਜਲਦੀ ਤੋਂ ਜਲਦੀ ਦੱਸੋ ਤਾਂ ਕਿ ਆਪਾਂ ਉੱਚ ਅਧਿਕਾਰੀਆਂ ਨੂੰ ਇਹਦੀ ਰਿਪੋਰਟ ਦੇਈਏ ਔਰ ਆਪ ਤੁਹਾਡੇ ਮਾਧਿਅਮ ਚ ਅਸੀਂ ਇਹ ਵੀ ਦੱਸਣਾ ਚਾਹੁੰਦੇ ਆ ਕਿ ਕੋਈ ਵੀ ਇਹੋ ਜਿਹੇ ਜੁਨਟ ਜਿਹੜਾ ਗੈਰ ਕਾਨੂੰਨੀ ਢੰਗ ਨਾਲ ਚੱਲ ਰਿਹਾ ਹੈ ਉਹ ਸਾਨੂੰ ਇਨਫੋਰਮੇਸ਼ਨ ਸ਼ੇਅਰ ਕਰੋ ਅਸੀਂ ਉਹਨਾਂ ਖਿਲਾਫ ਵੀ ਕਾਰਵਾਈ ਕਰਾਂਗੇ। ਕਿ ਸਰ ਜਿਹੜੀਆਂ ਫੈਕਟਰੀਆਂ ਪੰਜ ਤੋਂ 10 ਸੀਲ ਕੀਤੀਆਂ ਗਈਆਂ। ਕਿਆ ਇਹਨਾਂ ਦਾ ਸਟਾਕ ਡੈਮੇਜ ਕੀਤਾ ਗਿਆ ਪਰੋਣਾ? ਕਿਆ ਮਸ਼ੀਨਾਂ ਵੀ ਸੀਲ ਕੀਤੀਆਂ ਗਈਆਂ? ਇਹ ਇਹਨਾਂ ਦੇ ਇਹ ਆਪਾਂ ਸੀਲ ਹੀ ਮੇਰੇ ਜਿਹੜੇ ਫੂਡ ਸੇਫਟੀ ਅਫਸਰ ਹੈ ਉਹਨਾਂ ਨੇ ਇਹ ਸੀਲ ਹੀ ਕੀਤੀਆਂ। ਬਾਕੀ ਉਹਨਾਂ ਦੀ ਅੰਡਰ ਪ੍ਰੋਸੈਸ ਹੈ ਜੋ ਵੀ ਕਾਰਵਾਈ ਬੰਦੀ ਹੋਏਗੀ ਉਹ ਤੁਹਾਨੂੰ ਸ਼ੇਅਰ ਕਰਦੇ ਰਾਵਾਂਗੇ। ਡਾਕਟਰ ਕਿਹੜੇ-ਕਿਹੜੇ ਇਲਾਕੇ ਵਿੱਚ ਫੈਕਟਰੀਆਂ ਸੀਲ ਕੀਤੀਆਂ ਗਈਆਂ? ਫੈਕਟਰੀ ਦਾ ਨਾਮ ਕੀ ਹੈ? ਦੇਖੋ ਜੀ ਇੱਕ ਚਮਾਰ ਰੋਡ ਤੇ ਫੈਕਟਰੀ ਸੀਗੀ ਇੱਕ ਮੋਹਕਮਪੁਰੇ ਫੈਕਟਰੀ ਸੀਗੀ ਇੱਕ ਕੋਟਖਾਨ ਸਾਹ ਫੈਕਟਰੀ ਸੀਗੀ ਇੱਕ ਸਿਹਾਟੇ ਉਹ ਨਹੀਂ ਕਿ ਰਾਇਆ ਸੰਸੀ ਇਹ ਫੈਕਟਰੀ 1200 ਸੀਗੀ ਤੇ ਇਹ ਅੰਦਰਲੀ ਜਿਹੜੀ ਮਸ਼ੀਨ ਸੀ ਕੀਤੀ ਗਈ ਜਾਨੀ ਦੇਖੋ ਜੋ ਵੀ ਸੀਲ ਕਰਨੀ ਸਹੀ ਬੰਦੀ ਸੀ ਕਿ ਮੇਰੇ ਫੂਡ ਸੇਫਟੀ ਅਫਸਰਾਂ ਦੁਆਰਾ ਸੀਲ ਕੀਤੀ ਗਈ ਹੈ ਹਾਂਜੀ ਜਿਸ ਨੇ ਪਟੀਸ਼ਨ ਪਾਈ ਸੀ ਕਿ ਹਾਈ ਕੋਰਟ ਚ ਸੰਜੀਵ ਪਾਸਪੁਰਾ ਦਾ ਨਾਮ ਆ ਉਹਨੇ ਆਖਿਆ ਸੀਗਾ ਬਈ ਹਾਈ ਕੋਰਨ ਇਹ ਹੀ ਆ ਦੇ ਜਿੱਤਨੇ ਵੀ ਜਦੋਂ ਵੀ ਸੀਲ ਕਰਨੀ ਹੈ ਤੇ ਘਟੋ ਘਟ ਉਹਨਾਂ ਦੀ ਜਿਹੜੀ ਹੈ ਮੌਜੂਦਗੀ ਜ਼ਰੂਰੀ ਹੋਣੀ ਚਾਹੀਦੀ ਹੈ। ਕੀ ਆ ਉਹਨੂੰ ਤੁਸੀਂ ਨਾਲ ਲੈ ਕੇ ਗਏ? ਨਹੀਂ ਮੈਂ ਜਿਹੜੇ ਮਿਸਟਰ ਪਾਸਕਰ ਹੈ ਉਹਨਾਂ ਨੇ ਫੇਸ ਟੂ ਫੇਸ ਹੀ ਮੈਂ ਆਪਣੇ ਫੂਡ ਸੇਫਟੀ ਅਫਸਰਾਂ ਨੂੰ ਹਦਾਇਤ ਕੀਤੀ ਸੀ ਉਹਨਾਂ ਦੇ ਮੇਰੇ ਦਫ਼ਤਰ ਦੇ ਵਿੱਚ ਹੀ ਜੀ ਕਿ ਜਿੱਥੇ ਵੀ ਲੋਡ ਪਵੇ ਇਹਨਾਂ ਨੂੰ ਦਾ ਸਹਿਯੋਗ ਲੈਣਾ ਹੈ। ਉਹ ਕਹਿੰਦੇ ਉਹਨਾਂ ਦਾ ਨੰਬਰ ਫੋਨ ਫੋਨ ਨੰਬਰ ਵੀ ਉਹਨਾਂ ਨਾਲ ਸ਼ੇਅਰ ਕੀਤਾ ਗਿਆ ਸੀਗਾ। ਪਰ ਜਦੋਂ ਵੀ ਉਹਨਾਂ ਦੀ ਜ਼ਰੂਰਤ ਮਹਿਸੂਸ ਕਰਨਗੇ ਉਹਨਾਂ ਨੂੰ ਫੋਨ ਕਰਕੇ ਸਰ ਸਕਦੇ ਸਰ ਜਿਨ੍ਹਾਂ ਕੋ ਬੀਆਈਐਸ ਰਸਨਸ ਨਹੀਂ ਹੈ ਉਹ ਕਿ ਪਾਣੀ ਦੂਸ਼ਿਤ ਹੁੰਦਾ ਹੈ ਪਾਣੀ ਕਿਸਾਂ ਦਾ ਵੇਚਦੇ ਨੇ ਉਹ ਕਿਸਾਂ ਮਾਰਕੀਟ ਵਿੱਚ ਕਰਦੇ ਅੱਗੇ ਸਪਲਾਈ ਕਰਦੇ ਨੇ ਜਿਹੜਾ ਉਹ મત ਮੇਨ ਗੱਲ ਹੈ ਕਿ ਜਿਹੜਾ ਜੇ ਕੋ ਬੀਆਈਐਸ ਨੰਬਰ ਹੈ ਨਹੀਂ ਹੈ ਉਹ ਕੰਮ ਹੀ ਨਹੀਂ ਕਰ ਸਕਦਾ ਹਾਂਜੀ ਜੋ ਕੰਮ ਕਰਦਾ ਇਲੀਗਲ ਹੈ ਠੀਕ ਹੈ ਨਹੀਂ ਤੇ ਇਸ ਕਰਕੇ ਉਹ ਕੰਮ ਕਰਨਾ ਹੀ ਨਹੀਂ ਬੰਦਾ ਦੂਸ਼ਿਤ ਹੋਏ ਹੋ ਵੀ ਸਕਦਾ ਨਹੀਂ ਵੀ ਹੋ ਸਕਦਾ ਕਿ ਆਨੇ ਸਮੇਂ ਅੰਦਰ ਸਖਤ ਕਾਰਵਾਈ ਕੋਈ ਅਮਲ ਵਿੱਚ ਲਿਆਂਦੀ ਜਾਏਗੀ ਜੋ ਜਿਹੜੀਆਂ ਤੁਸੀਂ 11 ਫੈਕਟਰੀਆਂ ਦੇ ਨਾਮ ਤੁਹਾਡੇ ਸਾਹਮਣੇ ਆਏ ਹਨ ਹਾਂਜੀ ਬਿਲਕੁਲ ਜੀ ਬਿਲਕੁਲ ਪੂਰੀ ਕਾਰਵਾਈ ਜਿਹੜੀ ਆਪਾਂ ਕਰਾਂਗੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਤੁਹਾਡੇ ਮਾਧਿਅਮ ਨਾਲ ਹੀ ਆਪਾਂ ਲੋਕਾਂ ਨੂੰ ਜਿਹੜੇ ਇਹੋ ਜਿਹੇ ਲੋਕ ਹੈ ਗਲਤ ਢੰਗ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹੈ ਔਰ ਦੂਸ਼ਿਤ ਪਾਣੀ ਪੀਣ ਨਾਲ ਲੋਕਾਂ ਨੂੰ ਕਈ ਬਿਮਾਰੀਆਂ ਦੇ ਸਕਦੇ ਹੈ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਅਸੀਂ ਹਰ ਸਮੇਂ ਸਮੇਂ ਸਿਰ ਕਰਦੇ ਰਹੇ ਹਾਂ ਤਾਂ ਬਿਲਕੁਲ ਜੀ ਇਹ ਸੰਨ ਡੀ ਐਚਓ ਡਾਕਟਰ ਇੰਦਰ ਮੋਹਨ ਗੁਪਤਾ ਜਿਨ੍ਹਾਂ ਨੂੰ ਦੱਸਿਆ ਗਿਆ ਵੀ ਹਾਈ ਕੋਰਟ ਦੇ ਹੁਕਮ ਅਨੁਸਾਰ 11 ਫੈਕਟਰੀਆਂ ਤੇ ਉਹਨਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਵਿੱਚ ਪੰਜ ਫੈਕਟਰੀਆਂ ਜਿਹੜੀਆਂ ਨੇ ਉਹ ਫਿਲਹਾਲ ਤੱਕ ਸੀਲ ਕੀਤੀਆਂ ਗਈਆਂ ਨੇ ਜਿਨ੍ਹਾਂ ਵਿੱਚੋਂ ਚਬਾਲ ਰੋਡ ਮੁਕੰਮਪੁਰਾ ਸ਼ਾਟਾ ਕੋਟ ਖਾਲਸਾ ਤੇ ਰਾਜਸਥਾਨਸੀ ਵਿਖੇ ਫੈਕਟਰੀਆਂ ਨੇ ਜਿਹੜੇ ਕਿ ਜਿਨ੍ਹਾਂ ਕੋ ਬੀਆਈਐਸ ਲਾਇਸੈਂਸ ਨਹੀਂ ਹੈ ਔਰ ਆਨਲੇ ਸਮੇਂ ਅੰਦਰ ਉਹਨਾਂ ਵੱਲੋਂ ਇਹੀ ਆਖਿਆ ਜਾ ਰਿਹਾ ਵੀ ਜਿਹੜੀਆਂ ਹੋਰ ਪ੍ਰੈਕਟਿਕ ਨੇ ਜਿਨ੍ਹਾਂ ਕੋ ਬੀਆਈਐਸ ਜੈਂਸ ਨਹੀਂ ਹੈ ਉਹਨਾਂ ਖਿਲਾਫ ਵੀ ਕਾਰਵਾਈ ਜਿਹੜੀ ਕੀਤੀ ਜਾਵੇਗੀ ਔਰ ਕਿਸੇ ਵੀ ਤਰ੍ਹਾਂ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਕਿਸੇ ਨੂੰ ਵੀ ਨਹੀਂ ਦਿੱਤੀ ਜਾਵੇਗੀ। ਕੈਮਰਮਨ ਪਰਸਨ ਮੁਕੇਸ਼ ਬਾਵਨਾ ਸਿਕੰਦਰ ਪਸਰੀਚਾ ਜਾਨੀ ਸੋਲਰ ਟੀਵੀ ਅੰਮ੍ਰਿਤਸਰ ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक एना चोरा ठग्गा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ इकती घंटे में समाधान फ्री फ्री फ्री, फ्री मियां रफीक मोहम्मद मोबाइल चौरासी तीन सौ चौहत्तर

8058558838617 ਇਹ ਤੁੰ ਬਾਤਣ ਤੁਣ ਵੱਜਦਾ